ਹਾਂਜੀ ਕੀ ਹਾਲ ਚਾਲ ਸਾਰਿਆਂ ਦਾ ਅੱਜ ਆਪਾਂ ਮਿਲਦੇ ਹਾਂ ਤੁਹਾਨੂੰ ਸ਼ਹਿਰ ਮਲੇਰਕੋਟਲਾ ਵਿੱਚ ਅਤੇ ਅੱਜ ਆਪਾਂ ਕਰਨਾ ਵਾ ਮਲੇਰਕੋਟਲਾ ਐਕਸਪਲੋਰ ਕਿੰਨਾ ਵੀ ਹੈਗਾ ਵਾ ਅਤੇ ਸਾਡੇ ਨਾਲ ਜੁੜੇ ਰਹੋ ਅਤੇ ਚੈਨਲ ਨੂੰ ਸ਼ੇਅਰ ਅਤੇ ਲਾਈਕ ਕਰ ਦਿਓ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਅਤੇ ਦੇਖੋ ਅਤੇ ਸਾਡੇ ਨਾਲ ਜੁੜੇ ਰਹੋ ਅਤੇ ਕਰਦੇ ਹਾਂ ਆਪਾਂ ਅੱਜ ਮਲੇਰਕੋਟਲਾ ਐਕਸਪਲੋਰ ਆ ਗਿਆ ਨਿਰੰਕਾਰੀ ਭਵਨ ਮਲੇਰਕੋਟਲੇ ਦਾ ਚੌਂਕ ਆ ਗਿਆ ਕਾਲਜ ਰੋਡ ਆ ਗਿਆ ਇਹ ਸਾਹਮਣੇ ਆ ਗਿਆ ਮਲੇਰਕੋਟਲਾ ਗੌਰਮੈਂਟ ਕਾਲਜ ਮਲੇਰਕੋਟਲਾ ਅਤੇ ਉਹ ਆਪਾਂ ਲਾਈ ਆ ਸਕੂਟਰੀ ਉੱਥੇ ਆਪਣੀ ਅਤੇ ਫਿਰ ਤੁਰ ਕੀ ਕਰਾਂਗੇ ਅਗਰ ਐਕਸਪਲੋਰ ਇਹ ਸਾਰਾ ਹੀ ਕਾਲਜ ਰੋਡ ਵੱਜਦਾ ਵਾ ਅਤੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਕਾਲਜ ਉਦੋਂ ਤਾਂ ਇੰਨੀਆਂ ਦੁਕਾਨਾਂ ਆਉਂਦੀਆਂ ਪਰ ਹੁਣ ਤਾਂ ਪੂਰੀ ਮਾਰਕੀਟ ਬਣ ਗਈ ਹੈ ਇੱਥੇ ਦੇਖ ਸਕਦੇ ਹੋ ਤੁਸੀਂ ਮਲੇਰਕੋਟਲੇ ਕਿੰਨਾ ਬੜਾ ਸ਼ਹਿਰ ਲੱਗਦਾ ਹੁਣ ਤਾਂ ਗਾਹ ਪਿਆ ਹੋਇਆ ਆਪਾਂ ਜਾਣਾ ਦੇਖੋ ਅੱਗੇ ਲਿਖਿਆ ਉੱਥੇ ਲਿਖਿਆ ਦਿੱਲੀ ਗੇਟ ਸਿੱਧਾ ਵਾ ਸੱਟਾ ਚੌਕ ਉੱਧਰ ਆ ਬੱਸ ਸਟੈਂਡ ਆਪਣੇ ਖੱਬੇ ਪਾਸੇ ਆ ਅਤੇ ਦਿਖਾਉਣਾ ਤੁਹਾਨੂੰ ਸਾਰਾ ਕੁਛ ਅੱਜ ਅਤੇ ਆ ਗਿਆ ਸਿੱਧਾ ਆਪਣਾ ਬੱਸ ਸਟੈਂਡ ਵਾਲਾ ਰੋਡ ਅਤੇ ਆ ਗਿਆ ਮੌਲ ਅਤੇ ਆ ਬਾਜ਼ਾਰ ਆ ਸੇਲਾਂ ਲੱਗੀਆਂ ਰਹਿੰਦੀਆਂ ਇੱਥੇ ਮਲੇਰਕੋਟਲਾ ਖਾਣ ਪੀਣ ਨੂੰ ਬਹੁਤ ਮਸ਼ਹੂਰ ਆ ਅਤੇ ਉਹਦੇ ਵੀ ਤੁਹਾਨੂੰ ਵਲੋਗ ਦੇਖਣ ਨੂੰ ਮਿਲਣਗੇ ਸਾਡੇ ਦੂਜੇ ਚੈਨਲ ਦੇ ਵਿੱਚ ਸਾਡਾ ਦੂਜਾ ਚੈਨਲ ਗੁਰਫੂਡੀ ਆ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਉਹ ਸਾਹਮਣੇ ਹੈਗਾ ਗੁਰੂ ਤੇਗ ਬਹਾਦਰ ਚੌਂਕ ਇੱਧਰ ਗੁਰੂ ਤੇਗ ਬਹਾਦਰ ਗੁਰਦੁਆਰਾ ਵਾ ਆ ਗਈਆਂ ਬਾਜ਼ਾਰ ਕਾਲਜ ਟਾਈਮ ਦੀ ਯਾਦ ਤਾਂ ਆ ਹੋਈ ਪਰ ਉਸ ਟਾਈਮ ਦਾ ਮਾਹੌਲ ਹੋਰ ਹੁੰਦਾ ਸੀਗਾ ਪੂਰੀਆਂ ਗੇੜੀਆਂ ਗੁੜੀਆਂ ਲਾਉਣੀਆਂ ਮਲੇਰਕੋਟਲਾ ਦੇ ਅਤੇ ਬਾਜ਼ਾਰਾਂ ਦੀਆਂ ਆ ਮਲੇਰਕੋਟਲੇ ਦਾ ਬਾਜ਼ਾਰ ਜਿੱਥੇ ਕਿ ਤੁਹਾਨੂੰ ਹਰੇਕ ਚੀਜ਼ ਮਿਲ ਜੂਗੀ ਸ਼ੋਪ ਲੱਗੀਆਂ ਹੋਈਆਂ ਨੇ ਬਾਹਰ ਐਤਵਾਰ ਦਾ ਦੇਣਾ ਅੱਜ ਅਤੇ ਪੂਰੀ ਤਰ੍ਹਾਂ ਲਾਇਆ ਹੁੰਦਾ ਉਰੇ ਬਾਜ਼ਾਰ ਬਣਿਆ ਨਹੀਂ ਮਾਰ ਕੇ ਦੇਖੋ ਬਾਹਰ ਬਹੁਤ ਰੇਟ ਸਸਤਾ ਮਿਲ ਜਾਂਦਾ ਇੱਥੇ ਦੇਖੋ ਆਨੰਦ ਮਾਣੋ ਤੁਸੀਂ ਵੀ ਬਾਜ਼ਾਰ ਦਾ ਮਲੇਰਕੋਟਲੇ ਦਾ ਕੱਪੜਾ ਹੀ ਕੱਪੜਾ ਮਲੇਰਕੋਟਲੇ ਦੇਖੋ ਬੱਚਿਆਂ ਦੇ ਕੱਪੜੇ ਆ ਗਿਆ ਜੀ ਦਿੱਲੀ ਗੇਟ ਮਲੇਰਕੋਟਲੇ ਦਾ ਇਹ ਆਪਾਂ ਆ ਕੇ ਦਿੱਲੀ ਗੇਟ ਸੀ ਅੰਦਰ ਦੇਖੋ ਮਲੇਰਕੋਟਲੇ ਦੀਆਂ ਪੁਰਾਣੀਆਂ ਬਿਲਡਿੰਗ ਬਣੀਆਂ ਹੋਈਆਂ ਉਰੇ ਆਹ ਬਿਲਡਿੰਗ ਬਣੀਆਂ ਹੋਈਆਂ ਨੇ ਉਰੇ ਕਿੰਨੀਆਂ ਪੁਰਾਣੀਆਂ ਬਿਲਡਿੰਗਾਂ ਦੇਖੋ ਮਲੇਰਕੋਟਲੇ ਸ਼ਹਿਰ ਦੇ ਵਿੱਚ ਤੁਸੀਂ ਆਪਦੇ ਆ ਕੇ ਦੇਖ ਸਕਦੇ ਹੋ ਉਰੇ ਵੀ ਕਿੰਨਾ ਪੁਰਾਣਾ ਮਲੇਰਕੋਟਲਾ ਵਾ ਬਣੀ ਹੋਈ ਆ ਮੰਜ਼ਿਲ ਪੂਰੀ ਬਿਲਡਿੰਗ ਆਹ ਬਣੀ ਹੋਈ ਮਲੇਰਕੋਟਲੇ ਦੀ ਯੂਨੀਵਰਸਿਟੀ ਦੂਦੀ ਮਲਾ ਦਾ ਉਹ ਵੀ ਦੇਖਾਂ ਇੰਸਟੀਚਿਊਟ ਆਈ ਹੈ ਪੰਜਾਬੀ ਯੂਨੀਵਰਸਿਟੀ ਅੰਦਰ ਆਉਂਦਾ ਵਾ ਅਤੇ ਇੱਥੇ ਪੈਸਿਆਂ ਬਹੁਤ ਸਸਤੀ ਪੜ੍ਹਾਈ ਹੁੰਦੀ ਆ ਅਤੇ ਐਡਮਿਸ਼ਨ ਸਸਤੀ ਮਿਲ ਜਾਂਦੀ ਆ ਮੁਰਾਦ ਇਸਲਾਮਿਕ ਸੈਂਟਰ ਆ ਇਹ ਅਤੇ ਜ਼ਰੂਰ ਇੱਥੇ ਆ ਕੇ ਤੁਸੀਂ ਐਡਮਿਸ਼ਨ ਕਰਾ ਸਕਦੇ ਹੋ ਆਹ ਦੇਖੋ ਆਪਣੀ ਹੋਈ ਆ ਬਿਲਡਿੰਗ ਅਤੇ ਸਾਰਾ ਦਿੱਲੀ ਗੇਟ ਦੇ ਅੰਦਰ ਬਣਿਆ ਹੋਇਆ ਵਾ ਮਲੇਰਕੋਟਲਾ ਸ਼ਹਿਰ ਵਿੱਚ ਦੇਖ ਸਕਦੇ ਹੋ ਅਤੇ
ਦੀਆਂ ਗਲੀਆਂ ਦੇਖੋ ਜਿਵੇਂ ਬਿਲਕੁਲ ਲਾਹੌਰ ਦੇ ਸ਼ਹਿਰ ਵਰਗੀਆਂ ਗਲੀਆਂ ਨੇ। ਦੇਖੋ ਕਿੰਨੀਆਂ ਭੀੜੀਆਂ ਭੀੜੀਆਂ ਗਲੀਆਂ ਨੇ ਨਿਕਲੀਆਂ ਹੋਈਆਂ, ਬਿਲਡਿੰਗਾਂ ਪੁਰਾਣੀਆਂ ਮਲੇਰਕੋਟ ਦੇ 'ਚ ਦੇਖ ਲਓ ਹਾਲੇ ਵੀ ਕਾਫੀ ਬਿਲਡਿੰਗਾਂ ਪੁਰਾਣੀਆਂ ਹੈਗੀਆਂ ਨੇ ਬਣੀਆਂ ਹੋਈਆਂ ਉਰੇ। ਇੱਥੇ ਕਾਫੀ ਚੱਲਦੇ ਨੇ ਸਰਕਾਰੀ ਕੰਮ ਕਾਜ ਚੱਲਦੇ ਆ, ਕਈਆਂ ਮੱਠ ਗੈਂਟ 'ਤੇ ਢਹਿ ਚੁੱਕੀਆਂ ਨੇ। ਜੈਨ ਸਾਹਿਬ ਨੰਬਰ ਬਣਾਇਆ ਜਾਂ ਕਿੰਨਾ ਪੁਰਾਣੀ ਕਲਾਕਾਰੀ ਬਣੀ ਹੋਈ ਆ। ਦੇਖੋ ਓਲਡ ਬਿਲਡਿੰਗ ਸਾਰੀਆਂ ਉਹਦੇ। ਇੱਧਰ ਆ ਗਿਆ ਸਾਰਾ ਲੋਹਾ ਬਾਜ਼ਾਰ। ਇੱਥੇ ਤੁਹਾਨੂੰ ਸਾਰਾ ਲੋਹੇ ਦਾ ਸਮਾਨ ਮਿਲੂਗਾ ਜੋ ਵੀ ਆ, ਅਤੇ ਰੇਟ ਬਹੁਤ ਸਸਤਾ ਹੋਊਗਾ। ਵੀ ਅੱਗੇ ਦੇਖੋ ਲੋਹੇ ਬਾਜ਼ਾਰ ਦੇ ਵਿੱਚ ਹੀ ਪੁਰਾਣੀ ਬਿਲਡਿੰਗ ਦਿਖਾਉਣੇ ਤੁਹਾਨੂੰ। ਆਹ ਬਣੀਆਂ ਹੋਈਆਂ ਓਲਡ ਬਿਲਡਿੰਗ ਸਾਰੀਆਂ। ਇੱਧਰ ਆ ਗਿਆ ਸਾਰਾ ਲੋਹਾ ਬਾਜ਼ਾਰ। ਇੱਥੇ ਤੁਹਾਨੂੰ ਸਾਰਾ ਲੋਹੇ ਦਾ ਸਮਾਨ ਮਿਲੂਗਾ ਜੋ ਵੀ ਆ, ਅਤੇ ਰੇਟ ਬਹੁਤ ਸਸਤਾ ਹੋਊਗਾ। ਲੋਹਾ ਬਾਜ਼ਾਰ ਵੀ ਅੱਗੇ ਦੇਖੋ ਲੋਹੇ ਬਾਜ਼ਾਰ ਦੇ ਵਿੱਚ ਹੀ ਪੁਰਾਣੀ ਬਿਲਡਿੰਗ ਦਿਖਾਉਣੇ ਤੁਹਾਨੂੰ। ਇਹ ਹੁਣ ਸਕੂਲ ਬਣ ਚੁੱਕਿਆ, ਪੁਰਾਣੀ ਬਿਲਡਿੰਗ ਆ, ਸਮਾਰਟ ਸਕੂਲ ਬਣਿਆ ਹੋਇਆ ਅੰਦਰ। ਪੁਰਾਣੀ ਬਿਲਡਿੰਗ ਬਹੁਤ ਆ, ਸਾਰੀ ਲੋਹਾ ਮਾਰਕੀਟ ਆ। ਦੇਖੋ ਲੋਹਾ ਹੀ ਲੋਹਾ ਮਿਲੂਗਾ, ਤਵੇ ਧੁਵੇ ਪੇਟੀਆਂ ਮਾਰੀਆਂ। ਐਤਵਾਰ ਨੂੰ ਬਾਜ਼ਾਰ ਲੱਗਦਾ ਵਾ, ਉਹਦੇ ਹਰੇਕ ਚੀਜ਼ ਦਾ ਸਮਾਨ ਮਿਲੂਗਾ। ਮਾਰਕੀਟ ਲੱਗੀ ਹੋਈ ਆ, ਅੰਡੇ ਮਾਰਕੀਟ। ਹਰੇਕ ਕੋਟਲਾ ਹਰੇਕ ਸੰਡੇ ਲੱਗਦੀ ਆ ਉਹਦੀ ਮਾਰਕੀਟ ਸਸਤੇ ਸਮਾਨ ਦੀ। ਮੇਲੇ ਵਾਂਗੂ ਲੱਗਿਆ ਹੋਇਆ, ਮੇਲਾ ਲੱਗਿਆ ਹੁੰਦਾ ਵਾ, ਪਰ ਇਹ ਸੰਡੇ ਮਾਰਕੀਟ ਆ।
बहुत लंबी सेल लगी हुई है भाई। अपने अंधगढ़ लगे 26 जनवरी को इतने रहेगा एतवार लगती है। आ गया जी उजा के शेरवानी गेट, लेके चलना शेरवानी गेट के बच्चे। ये है शेरवानी गेट, ये बाजार देखो शेरवानी गेट बच्चे नहीं जाता बिल्कुल। फिर हम मलेरकोट की गलियों में मलेरकोट ने एक्सप्लोर करते हुए शेरवानी गेट च गलियां सारिया एक पता ही नहीं लगता है रास्ता किधर नहीं जाता वा जो बंदा नवा आता हूँ भुले जाता इतने आके। आ गया जी मलेरकोट का सलामी गेट, ये है सरहंद सलामी गेट। गलियां देखो पतलियां पतलियां ये गलियां ने, इतने तेन मिल जाएंगे पुलिस फोर्स के झंडे जो भी लेना झंडा या बैच लेने फौज के वो इस पास मिल जाते। इधर भी पुरानी बिल्डिंग दिख जाएगियाँ कुछ नवी बन चुकी बहुत बदतर हालत ने। देखो तुम कि भोरा भोरा कने मोटरसाइकिल मसा ही निकलता तो देखो पुरानी बिल्डिंग सामने जरा आँदी है। यही आ जाने कि लाहौर तो मलेरकोट ही छोटा पाकिस्तान कह देंगे इनू। देखो गलियां देखो तुम वरे दियाँ बिल्कुल पतलियां पतलियां ही हैं। आ गया जी मलेरकोट के बस स्टैंड साढ़े कॉलेज दिन की याद, इतने घूमते होंगे सी आके बैठ जाना। खान मुहम्मद इंस्टीट्यूट स्टडी ये आ, इतने तुम तो हो सस्ती पढ़ाई कर सकते हो आ कोर्स रखे उन्होंने।